ਜ਼ਿਲ੍ਹਾ ਤਰਨਤਾਰਨ ਪੁਲਿਸ ਨੇ ਨਾਮੀ ਗੈਂਗਸਟਰ ਗੁਰ ਇਕਬਾਲ ਮੀਤ ਸਿੰਘ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ। ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਇਹ ਗੈਂਗਸਟਰ ਪਿਛਲੇ ਸਾਲ 2 ਗੈਂਗਸਟਰਾਂ ਤੇ 1 ਰਾਹਗੀਰ ਦੀ ਹੱਤਿਆ ਦੇ ਮਾਮਲੇ ਵਿੱਚ ਲੋੜਿੰਦਾ ਸੀ। ਤਰਨਤਾਰਨ ਵਿੱਚ ਪੱਤਰਕਾਰਾਂ ਦੀ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀਡੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇੱਕ ਨਾਮੀ ਗੈਂਗਸਟਰ ਗੁਰ ਇਕਬਾਲ ਮੀਤ ਸਿੰਘ ਨੂੰ ਅਸਲੇ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਕਾਬੂ ਕੀਤਾ ਇਹ ਗੈਂਗਸਟਰ ਪਿਛਲੇ ਸਾਲ ਗੋਇੰਦਵਾਲ ਨੇੜੇ ਹੋਏ ਗੈਂਗਵਾਰ ਜਿਸ ਵਿੱਚ 3 ਗੈਂਗਸਟਰਾਂ ਅਤੇ 1 ਆਮ ਨਾਗਰਿਕ ਦੀ ਮੌਤ ਹੋ ਗਈ ਸੀ, ਉਸ ਹੱਤਿਆ ਦੇ ਘਟਨਾ ਵਿੱਚ ਲੋੜਿੰਦਾ ਸੀ। ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਦੋਸ਼ੀ ਦਾ ਪੁਲਿਸ ਰਿਮਾਂਡ ਲੈ ਕੇ ਬਰਾਮਦ ਹੋਏ ਹਥਿਆਰਾਂ ਅਤੇ ਇਸ ਦੇ ਸਰਗਰਮ ਮੈਂਬਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਥਾਣੇ ਦੇ SHO ਬਲਜਿੰਦਰ ਸਿੰਘ ਨੇ ਜਿਹੜਾ ਨਾਕਾਬੰਦੀ ਦੌਰਾਨ ਜਿਹੜਾ ਇੱਕ ਗੁਰ ਇਕਬਾਲ ਮੀਤ ਸਿੰਘ ਆ ਇਹ ਗੈਂਗਸਟਰ ਆ ਇਹਨੂੰ ਅਰੈਸਟ ਕੀਤਾ ਵਾ ਔਰ FIR ਨੰਬਰ 157 ਦਰਜ ਕੀਤੀ ਆ 3568। ਇਹ ਜਿਹੜਾ ਗੁਰ ਇਕਬਾਲ ਮੀਤ ਸਿੰਘ ਆ ਉਰਫ ਰੋਬਨ ਇਹ ਪਿੰਡ ਹੰਸਾਵਾਲਾ ਦਾ ਇਹ ਜਿਹੜੇ 133 ਨੰਬਰ FIR ਸੀ ਗੋਇੰਦਵਾਲ ਦੇ ਵਿੱਚ 2018 ਦੇ ਵਿੱਚ ਗੈਂਗਵਾਰ ਹੋਈ ਸੀ ਦੋ ਗਰੁੱਪਾਂ ਦੇ ਵਿੱਚ ਗੈਂਗਸਟਰਾਂ ਦੇ ਗਰੁੱਪਾਂ ਦੇ ਜਿਹਦੇ 'ਚ 3 ਗੈਂਗਸਟਰ ਅਤੇ 1 ਰਾਹਗੀਰ ਦੇ ਜਿਹੜੇ ਮਾਰੇ ਗਏ ਸਨ ਉਹਦੇ ਵਿੱਚ ਇਹ ਦੋਸ਼ੀ ਸਾਨੂੰ ਲੋੜੀਂਦਾ ਸੀ ਬਹੁਤ ਅਤੇ ਗ੍ਰਿਫਤਾਰੀ ਤਾਂ ਇੱਕ ਇਹਦੇ ਕੋਲ ਪਿਸਟਲ ਮਿਲਿਆ ਇੰਪੋਰਟਡ ਪਿਸਟਲ ਬਹੁਤ ਵਧੀਆ ਕੁਆਲਿਟੀ ਦਾ ਬਾਹਰ ਦਾ ਵਾ ਬਹੁਤ ਹੀ ਮਹਿੰਗਾ ਕੋਸਟਲੀ ਆ ਇਹਦੀ 30 ਬੋਰ ਦਾ ਇਹਦੀ ਅਰੈਸਟ ਪਾਤੀ ਇਹਨੂੰ ਹੁਣ ਉਹਦਾ ਰਿਮਾਂਡ ਲੈਂਦੇ ਹਾਂ ਇਹਦੇ ਕੋਲ ਹੋਰ ਵੀ ਜਿਹੜੇ ਆ ਵੈਪਨ ਹੈਗੇ ਆ। ਖਡੂਰ ਸਾਹਿਬ ਤੋਂ ਦਮਨ ਦੀ ਰਿਪੋਰਟ।